ਇਹ ਮੈਂ ਅੱਜ ਤੁਹਾਡੇ ਸਾਹਮਣੇ ਤਕਰੀਬ ਤਹਜ਼ੀਬ ਹੈ ਇਮਾਮ ਇਬਨ ਹਜ਼ਰ ਰਹਿਮਤ ਉੱਲਾਹ ਅਲੈਹ ਦੀ 12 ਜਿਲਦਾਂ 'ਚ ਤਹਜ਼ੀਬ ਤਹਜ਼ੀਬ ਲਿਖੀ, ਸਾਰਿਆਂ ਦੇ ਹਾਲਾਤ ਲਿਖੇ, ਇਹ ਖੁਲਾਸਾ ਕੱਢਿਆ ਉਹਦਾ ਹਾਸ਼ੀਆ ਮੌਲਾਨਾ ਅਮੀਰ ਅਲੀ ਮਲੀਹ ਅਬਾਦੀ ਐਰ ਹਦੀਸ ਆਲਮ ਮੀਆਂ ਨਜ਼ੀਰ ਹੁਸੈਨ ਮਦਰਸ ਦਿੱਲੀ ਦੇ ਸ਼ਾਗਿਰਦ ਵਾਹਿਬੁਰ ਰਹਿਮਾਨ ਤਫਸੀਰ ਜਿਹੜੀਆਂ ਜਿਲਦਾਂ ਇਸ ਲਿਖੀਆਂ ਇਹਨੇ ਤਕਈਬ ਤਕਰੀਬ ਲਿਖੀ ਤੁਹਾਡੇ ਖੁਲਾ ਕੋਈ ਹਾਸ਼ੀਏ ਲਿਖੀ ਇਹ 383 ਸਫ਼ੇ ਤੋਂ ਮੈਂ ਪੜ੍ਹ ਰਿਹਾ ਇਹਨੂੰ ਕਰਕੇ ਅੱਗੇ ਚੱਲਣਾ ਕਿਉਂਕਿ ਹਵਾਲਾ ਰਹਿ ਗਿਆ ਤਾਂ ਅਗਲੇ ਸਾਲ ਖਾਣੀ ਆਉਣਾ ਕਿ ਨਹੀਂ ਇਹ ਉਮਰ ਬਿਨ ਸਾਦ ਦਾ ਹਾਲ ਹੈ ਅਤੇ ਕੀ ਤਬਸਰਾ ਇਮਾਮ ਨੇ ਕੀਤਾ ਅਹਿਲੇ ਹਦੀਸ ਆਲਮ ਨੇ ਮੁਫੱਸਰ ਮੁਹੱਦਸ ਮੁਤਰਜਮ ਔਰ ਨਾਲ ਕਿਸ ਤਰ੍ਹਾਂ ਵਾਅਦੇ ਕੀਤਾ ਤਾਂ ਉਮਰ ਬਿਨ ਸਾਦ ਮਿਨ ਅਬੀ ਵਕਾਸ ਅਲ ਮਦਨੀ ਇਹਦੇ 'ਤੇ ਲਿਖਦੇ ਕਾਨ ਆਬੂ ਹੋ ਮਿਨ ਅਲ ਅਸ਼ਰਤ ਅਲ ਮੁਬਸ਼ਰਾ ਬਾਪ ਇਹਦਾ ਜਿਹੜਾ ਸੀ ਹਜ਼ਰਤ ਸਾਦ ਬਿਨ ਅਬੀ ਵਕਾਸ ਰਜ਼ੀ ਅੱਲਾਹ ਤਾਲਾ ਨੂੰ ਉਹਨਾਂ 10 ਖੁਸ਼ ਨਸੀਬ ਬੰਦਿਆਂ 'ਚੋਂ ਜਿਹਨਾਂ ਲਈ ਅੱਲਾਹ ਦੇ ਰਸੂਲ ਨੇ ਬਿਸ਼ਾਰਤ ਦਿੱਤੀ ਰਮਾ ਉਮਰ ਸਹਿਮਿਨ ਫੀ ਸਬੀਲ ਅੱਲਾਹ ਅਲ ਆਦਾਏ ਰਸੂਲ ਅੱਲਾਹ ਸੱਲਲਾਹੁ ਅਲੈਹਿ ਵਸੱਲਮ ਔਰ ਸਭ ਤੋਂ ਪਹਿਲਾ ਤੀਰ ਦੀਨ ਦੇ ਦੁਸ਼ਮਣਾਂ ਦੀ ਤਰਫ ਅੱਲਾਹ ਦੇ ਰਸੂਲ ਦੀ ਹਿਮਾਇਤ 'ਚ ਹਜ਼ਰਤ ਸਾਦ ਬਿਨ ਅਬੀ ਵਕਾਸ ਨੇ ਚਲਾਇਆ ਸੀ ਐਡਾ ਖੁਸ਼ਕਿਸਮਤ ਬੰਦਾ ਵਖਾਰਾ ਜਾਨ ਹੋ ਹਾਜ਼ਲ ਫਾਸਕੁਰ ਲਦੀ ਕਾਨਾ ਯਬੂ ਹੋ ਯਸਤੇ ਜ਼ੁਬਿਲਲਾਹ ਮਿਨ ਸ਼ਰ ਇਹ ਸਾਦ ਬਿਨ ਅਬੀ ਵਕਾਸ ਰਜ਼ੀ ਅੱਲਾਹ ਅਨਹੁ ਚੋਏ ਬਦਮਾਸ਼ ਨਿਕਲਿਆ ਉਮਰ ਬਿਨ ਸਾਦ ਫਾਸਕ ਜਿਹਦੇ ਸ਼ਰਤ ਦਾ ਬਾਪ ਪਨਾਹ ਮੰਗਦਾ ਸੀ ਇਹ ਹੁਣ ਸਾਰੇ ਲਿਖ ਰਿਹਾ ਬੜੇ ਬੜੇ ਡਾਕਟਰ ਲਿਖ ਰਿਹਾ ਦੀਨ ਦੀ ਤਨਜ਼ੀਮਾਂ ਵਾਲੇ ਕਿ ਲੋਕਾਂ ਨੇ ਐਵੇਂ ਗਾਲੀ ਬੜਾਈ ਉਮਰ ਬਿਨ ਸਾਦ ਬੜਾ ਨੇਕ ਸੀ ਉਹ ਹਕੂਮਤ ਦਾ ਮੁਤੀ ਸੀ ਉਹ ਖੁਦਾ ਦਾ ਖੌਫ ਕਰੋ ਮੁਹੱਦਸੀਨ ਕੀ ਲਿਖਦੇ ਗਏ ਇਹ ਦਰਿਆ ਬੁਰਦ ਕਰ ਰਹੀ ਹੈ ਸਾਰਾ ਇਲਮ ਤੁਹਾਡੇ ਰਸਾਲੇ ਆ ਲਿਖਵਾ ਦੇ ਤਰਜਮਾਨ ਹਦੀਸ ਪੜ੍ਹੀਏ ਇਹ ਰਾਵੀਆਂ ਦੇ ਇੰਨੇ ਜਿਹੜੇ ਦਫ਼ਤਰ ਉਲਮਾਰੇ ਲਿਖੇ ਬਰਬਾਦ ਕਰ ਰਹੇ ਨੇ ਕਿੱਥੇ ਇਲਮ ਹੈ ਹਦੀਸ ਫਿਰ ਕੋਈ ਸ਼ਰਮ ਕਰੋ ਖੁਦਾ ਤੋਂ ਤੁਸੀਂ ਪਰਵੇਦੀਆਂ ਤੋਂ ਹੀ ਲੰਘ ਅਤੇ ਸਾਰਾ ਇਲਮ ਜੋ ਸਲਫ ਨੇ ਲਿਖਿਆ ਉੱਤੇ ਪਾਣੀ ਫਿਰਦੇ ਜੀ ਸਿਰਫ ਇੱਕ ਬੰਦੇ ਨੂੰ ਬਚਾਉਣ ਲਈ ਉਹ ਰਹਿੰਦੇ ਉਹਦੀ ਜੰਨਤ ਉਹ ਕੌਣ ਉਹਦੇ 'ਚ ਦਖਲ ਦਿੰਦਾ ਅੱਲਾਹ ਤਾਲਾ ਚਾਹੇ ਇੱਕ ਬੜੇ ਮੁਜਰਮ ਜਾਣਾ ਨਹੀਂ ਭੇਜ ਸਕਦਾ ਦੁਨੀਆਂ 'ਚ ਰੋਣਾ ਰੋ ਅਤੇ ਇਸਲਾਮ ਨੇ ਇਹਨਾਂ ਨੇ ਕੀ ਜ਼ੁਲਮ ਕੀਤਾ ਫਾਸਿਕ ਕਿ ਬਦਕਾਰ ਜੰਮਿਆ ਉਹਦੇ 'ਚੋਂ ਔਰ ਇਹਦੇ ਸ਼ਰਤ ਦਾ ਬਾਪ ਪਨਾਹ ਮੰਗਦਾ ਇਹ ਸਹੀ ਮੁਸਲਿਮ ਦੀ ਰਿਵਾਇਤ ਆ ਕਿ ਹਜ਼ਰਤ ਸਾਹ ਜਿਸੇ ਝਗੜੇ ਸ਼ੁਰੂ ਹੋਏ ਹਜ਼ਰਤ ਉਸਮਾਨ ਰਜ਼ੀ ਤੋਂ ਬਾਅਦ ਇਹ ਸ਼ਹਿਰ 'ਚੋਂ ਨਿਕਲ ਗਿਆ ਵਾਦੀ ਹਕੀਕ ਚਲੇ ਗਿਆ ਉੱਥੇ ਮਕਾਨ ਬਣਾ ਲਿਆ ਮਦੀਨੇ ਬਾਹਰ ਆਪਣੇ ਬੱਕਰੀਆਂ ਭੇਡਾਂ 'ਚ ਬੈਠੇ ਸੀ ਇੱਕ ਦਿਨ ਇਹ ਉਮਰ ਆਇਆ ਤਾਂ ਵੇਖ ਕੇ ਹੀ ਹਜ਼ਰਤ ਸਾਹ ਨੇ ਕਿਹਾ ਸਹੀ ਮੁਸਲਿਮ ਨੇ ਅੱਲਾਹ ਤਾਲਾ ਇਸ ਸਵਾਰ ਦੇ ਸ਼ਰ ਤੋਂ ਮੈਨੂੰ ਬਚਾਏ ਤਦ ਇਮਾਮ ਲਿਖਦਾ ਕਿ ਇਹਦਾ ਬਾਪ ਇਹਦੇ ਸ਼ਰ ਤੋਂ ਪਨਾਹ ਮੰਗਦਾ ਸੀ ਇਹ ਮੁੰਡਾ ਖੈਰ ਵਾਲਾ ਨਹੀਂ ਹੋਣਾ ਫਰਮਾ ਵਾਲਾ ਸਾਹਮਣੇ ਲਾ ਔਲਾਦ ਰਸੂਲਲਾ ਸਰਸਲਮ ਬਾਪ ਨੇ ਰਸੂਲ ਦੇ ਦੁਸ਼ਮਣ ਨਾਲ ਤੀਰ ਚਲਾਇਆ ਇਹਨੇ ਪਹਿਲਾ ਤੀਰ ਅੱਲਾਹ ਦੇ ਰਸੂਲ ਦੇ ਬੱਚੇ ਦੀ ਤਰਫ ਚਲਾਇਆ ਔਰ ਇਮਾਮ ਬੁਖਾਰੀ ਆਪਣੀ ਤਾਰੀਫ 'ਚ ਲਿਖਦੇ ਆ ਕਿ ਸਭ ਤੋਂ ਪਹਿਲਾਂ ਤੀਰ ਚਲਾ ਕੇ ਇਹਨੇ ਲਸ਼ਕਰ ਨੂੰ ਆਖਿਆ ਕਿ ਗਵਾਹ ਬਣਿਓ ਕੱਲ੍ਹ ਅਮੀਰ ਦੇ ਸਾਹਮਣੇ ਜਾ ਕੇ ਸ਼ਹਾਦਤ ਦਿਓ ਕਿ ਤੁਹਾਡਾ ਹੁਕਮ ਮੰਨਦਾ ਉਮਰ ਬਿਨ ਸਾਦ ਨੇ ਪਹਿਲਾ ਤੀਰ ਇਮਾਮ ਹੁਸੈਨ ਦੇ ਖੈਮੇ 'ਤੇ ਚਲਾਇਆ ਔਰ ਤੀਰ ਜਾ ਕੇ ਰਾਵੀ ਜਾਂਦਾ ਮੈਂ ਖੁਦ ਵੇਖਿਆ ਇਮਾਮ ਦੇ ਖੈਮੇ 'ਚ ਲੱਗੀ ਅਤੇ ਬਾਅਦ 'ਚ ਇਮਾਮ ਬੁਖਾਰੀ ਆਪਣੀ ਤਾਰੀਖ ਸੀ ਜਿਹੜੀ ਦੇਖਦੇ ਉਹ ਹੀ ਰਾਵੀ ਜਾਂਦਾ ਕਿ ਮੁੜ ਕੇ ਮੈਂ ਇਸ ਉਮਰ ਬਿਨ ਸਾਦ ਦਾ ਸਿਰ ਕੱਟਿਆ ਕੂਫੇ ਟੰਗਿਆ ਵੇਖਿਆ ਮੁਖਤਾਰ ਨੇ ਫਿਰ 3 ਸਾਲ ਬਾਅਦ ਹੀ ਬੁਰੇ ਹਾਲ ਨੇ ਇਹਨੂੰ ਕਦਰ ਕੀਤਾ ਮਗਰ ਇਹਨੇ ਉਸ ਵੇਲੇ ਖੁਸ਼ਾਮਦ ਦੇ ਤੌਰੇ ਕੀਤਾ ਕਿ ਤੀਰ ਚਲਾਇਆ ਆਉਂਦੇ ਉਹ ਅੱਲਾਹ ਦੇ ਰਸੂਲ ਦੀ ਮਦਦ 'ਚ ਤੀਰ ਚਲਾਵੇ ਬਾਪ ਇਹ ਫਾਸਕ ਔਲਾਦ ਦੇ ਰਸੂਲ 'ਤੇ ਚਲਾਏ ਬਹਰ ਮੈਂ ਮੁਸਲਿਮ ਅੱਲਾਹ ਯਮ ਖੁਦ ਇਹ ਪੜ੍ਹੋ ਇਹਨਾਂ ਅਹਿਲ ਹਦੀਸਾਂ ਨੂੰ ਅਸੀਂ ਮੰਨ ਡਾਲੇ ਹਾਂ ਇਹ ਨਵੀਆਂ ਨਸਲਾਂ ਨਹੀਂ ਮੰਨਦੇ ਕਿਸੇ ਨੇ ਮਹਿਮੂਦ ਅਹਿਮਦ ਅਬਾਸੀ ਦੀ ਕਿਤਾਬ ਪੜ੍ਹ ਲਈ ਕੋਈ ਫੈਜ਼ ਆਲਮ ਚੁੱਕੀ ਫਿਰਦਾ ਉਹ ਮੁਨਕਰੀਨ ਹਦੀਸ ਜਿਹੜਾ ਸਾਫ਼ ਲਿਖਦਾ ਕਿ ਬੁਖਾਰੀ ਖੱਚਾ ਮਾਰਦਾ ਹੈ ਬੇਗੈਰ ਤੋਂ ਤੁਸੀਂ ਉਹਦੇ ਮਗਰ ਲੱਗੇ ਜੀ ਹਕੀਮ ਦੇ ਸ਼ਰਮ ਕਰੋ ਯਜ਼ੀਦ ਦੀ ਖਾਤਰ ਔਰ ਤੁਸੀਂ ਸਹੀ ਬੁਖਾਰੀ ਉਡਾ ਦੇਣੀ ਤਾਂ ਇਮਾਮ ਅਮੀਰ ਅਲੀ ਲਿਖਦੇ ਕਿ ਕਿਆ ਕੋਈ ਮੁਸਲਿਮ ਐਸਾ ਹੋ ਸਕਦਾ ਜਿਹਦੇ 'ਚ ਇਸਲਾਮ ਦੀ ਰਾਈ ਹੈ ਕਿ ਇਸ ਉਮਰ ਬਿਨ ਸਾਦ ਨਾਲ ਦੁਸ਼ਮਣੀ ਨਾ ਕਰੇ ਇਹਨੂੰ ਬੁਰਾ ਨਾ ਜਾਣੇ ਕੋਈ ਮੁਸਲਮਾਨ ਦਾ ਬੱਚਾ ਹੋ ਸਕਦਾ ਕਿ ਔਲਾਦ ਦੇ ਰਸੂਲ ਦਾ ਕਾਤਲ ਔਰ ਇਹਨੂੰ ਅੱਛਾ ਜਾਣੇ ਕਾਰ ਜ਼ਹਬੀ ਕਦ ਬਾਸ਼ਰਾ ਕਿਤਾਲ ਅਲ ਹੁਸੈਨ ਰਜ਼ੀ ਅੱਲਾਹੁ ਤਾਲਾ ਫਾਈਲ ਮੀਜ਼ਾਨ ਅਲ ਇਦਾਲ 'ਚ ਇਮਾਮ ਜ਼ਹਬੀ ਫਰਮਾਉਂਦੇ ਕਿ ਉਮਰ ਬਿਨ ਸਾਦ ਜਿਹੜਾ ਇਮਾਮ ਹੁਸੈਨ ਰਜ਼ੀ ਅੱਲਾਹੁ ਜੰਗ ਇਹਨੇ ਆਪ ਕੀਤੀ ਆਪਣੀ ਸਰਦਾਰੀ 'ਚ ਲੜਾਈ ਲੜੀ ਹੈ ਵਫਾਰ ਰਫਾਈਲ ਔਰ ਬਹੁਤ ਐਸੇ ਕਰਤੂਤ ਕੀਤੇ ਜਿਹੜੇ ਕਰਨੇ ਨਹੀਂ ਸੀ ਚਾਹੀਦੇ ਰਵਾ ਸ਼ੋਭਾ ਨਬੀ ਸਾਕਰ ਅਲ ਅਜ਼ਾਰ ਬਿਨ ਹਰੈਸ ਅਨ ਰਵਾਨ ਉਮਰ ਬਿਨ ਸਾਦ ਫਿਰ ਉਹ ਇਮਾਮ ਲਿਖਦੇ ਕਿ ਸ਼ੋਭਾ ਨੇ ਅਬੀ ਸਾਕ ਤੋਂ ਰਵਾਇਤ ਕੀਤਾ ਐਜ਼ਾਰ ਬਿਨ ਹੁਰੈਸ ਤੋਂ ਕਿ ਐਜ਼ਾਰ ਬਿਨ ਹੁਰੈਸ ਨੇ ਇੱਕ ਮੌਕਾ 'ਤੇ ਬਿਆਨ ਕੀਤਾ ਕਿ ਉਮਰ ਬਿਨ ਸਾਦ ਆ ਰਵਾਇਤ ਕਰਦਾ ਆਖਿਰ ਲੋਕ ਉਸ ਵੇ ਹਦੀਸ 'ਤੇ ਪੜ੍ਹਦੇ ਪੜ੍ਹਾਉਂਦੇ ਹੈਗਾ ਇਹ ਵੀ ਬੰਦਾ ਮੁਤਬਰ ਸੀ ਐਸਾ ਨਹੀਂ ਸੀ ਕਿ ਝੂਠਾ ਸੀ ਝੂਠ ਨਹੀਂ ਸੀ ਬੋਲਦਾ ਰਾਵੀ ਸੱਚਾ ਸੀ ਮਗਰ ਇਮਾਮ ਹੁਸੈਨ ਦਾ ਮਜ਼ਲੂਮ ਮਰਨਾ ਬੇਗੁਨਾਹ ਵੀ ਜਿਹਨੂੰ ਹਰ ਸ਼ਖਸ ਨੇ ਮੰਨਿਆ ਕਿ ਕੋਈ ਇਲਜ਼ਾਮ ਨਹੀਂ ਸਾਬਤ ਕਰ ਸਕਦਾ ਜਿੰਨੀਆਂ ਵੀ ਗੱਲਾਂ ਹਰ ਸਰ ਉਹਨਾਂ ਮਿਟਾਤੀ ਮੈਂ ਨਹੀਂ ਰਾਜ਼ੀ ਮੈਂ ਮੁੜ ਜਾਣਾ ਇਹਦੋਂ ਬਾਅਦ ਕੋਈ ਇਹਨਾਂ ਦੇ ਪੱਲੇ ਨਾ ਰਿਹਾ ਕਿਉਂ ਕਤਲ ਕਰ ਰਿਹਾ ਕਿਹੜੀ ਗੱਲ ਹੁਣ ਤੁਹਾਡੇ ਪੱਲੇ ਰਹਿ ਗਈ
ਉਹ ਬਾਕੀ ਕਿਸੇ ਬੱਚੇ ਨੇ ਪੁੱਛਿਆ ਮੁੜਨਾ ਕਿਉਂ ਚਾਹੁੰਦੇ, ਉਹ ਬਿਆਨ ਹੋਊਗਾ ਕਿ ਕਿਉਂ ਮੁੜਨਾ ਚਾਹੁੰਦੇ, ਕੋਈ ਜਾਨ ਨਹੀਂ ਸੀ ਬਚਾਉਣਾ ਚਾਹੁੰਦੇ, ਹਰ ਸ਼ਾਇਦ ਹੁੱਜਤ ਤਮਾਮ ਕਰਨੀ। ਮਗਰ ਜਿਸ ਵੇ ਉਹ ਜ਼ੈਰ ਬਿਨ ਐਜ਼ਾਰ ਬਿਨ ਹੁਰੈਸ ਨੇ ਆਖਿਆ ਕਿ ਉਮਰ ਬਿਨ ਸਾਦ ਤੁਰ ਵੈਦ ਫਕਾਮ ਆਏ ਰਹੇ ਰਜਰ, ਹੁਸੈਨ ਰਜ਼ਮ ਦਾ ਖੂਨ ਐਸਾ ਸਮਝੋ ਜ਼ੁਲਮ ਆ ਕਿ ਇਹਨਾਂ ਸਾਰਿਆਂ ਨੂੰ ਲੈ ਗਿਆ ਬਹਾ ਕੇ, ਇਹਨਾਂ ਦੇ ਸੱਚੇ ਲਾਨਤ ਭੇਜੀ ਮੁਸਲਮਾਨਾਂ ਨੇ ਕਿ ਦਫ਼ਾ ਕਰੋ ਇਹਨਾਂ ਦੀ ਹਦੀਸਾਂ। ਉਸੇ ਵੇਲੇ ਆਦਮੀ ਖੜਾ ਹੋ ਗਿਆ ਯਕੂਲ ਅਮਾ ਤਖਾਫ ਅੱਲਾ, ਉਹਨੇ ਐਜ਼ਾਰ ਬਿਨ ਹੁਰੈਸ ਨੂੰ ਆਖਿਆ ਤੇਰੇ ਅੰਦਰ ਰੱਬ ਦਾ ਖੌਫ ਹੈ ਨਹੀਂ, ਤੂੰ ਅੱਲਾ ਤੋਂ ਨਹੀਂ ਡਰਦਾ, ਆਰਮ ਬਣਿਆ ਫਿਰਦਾ, ਤਰਬੀਅਤ ਉਮਰ ਬਿਨ ਸਾਦ, ਤੂੰ ਉਮਰ ਬਿਨ ਸਾਦ ਦੀਆਂ ਹਦੀਸਾਂ ਸੁਣਾਉਣਾ ਕਿਉਂ ਰਵਾਇਤ ਕਰਦਾ, ਫਬਕਾ ਬਕਲ ਐਜ਼ਾਰ ਬਕਾਲਾ ਲਾਊ, ਉਹ ਰੋ ਪਿਆ ਮੁਹੱਦਸ ਨੇ ਆਖਿਆ ਬਈ ਰੱਬ ਗਵਾਜ ਤੋਂ ਬਾਅਦ ਮੈਂ ਨਹੀਂ ਇਹਦਾ ਨਾਂ ਲਈ, ਮੈਂ ਨਹੀਂ ਬਿਆਨ ਕਰੂੰ। ਬਈ ਜੇ ਨੇਕ ਕੰਮ ਕੀਤਾ, ਹਕੂਮਤ ਦਾ ਬਾਗੀ ਜੇ ਨੇ ਹਕੂਮਤ ਦੀ ਮਰਜ਼ੀ ਪੂਰੀ ਕੀਤੀ ਤਾਂ ਬੜਾ ਅੱਛਾ ਕੰਮ ਕੀਤਾ, ਕਿਉਂ ਬੰਦਾ ਉੱਠ ਕੇ ਬੋਲਿਆ ਕਿ ਰੱਬ ਤੋਂ ਡਰ ਜਾ ਰਹੇ ਇਹਦੀ ਹਦੀਸ ਨਾ ਸੁਣਾਈ, ਅਤੇ ਮੁਹੱਦਸ ਨੇ ਆਖਿਆ ਕਿ ਨਹੀਂ ਆਇੰਦਾ ਨਹੀਂ ਸੁਣਾਉ। ਕਾਲ ਅਹਿਮਦ ਬਿਨ ਜ਼ਹਿਰ ਸਾਹਿਬ ਤੁਹਾਨੂੰ ਇਬਨਾ ਮਈਨ ਵਾਹ ਸਿੱਕਾ ਬਕਾਰਾ ਯਾ ਆਦਾ ਕਹਿ ਭਾਈ ਤੂੰ ਸਿੱਕਾ ਮਨ ਕਤਲ ਸਾਹਿਬ, ਅਹਿਮਦ ਬਿਨ ਜ਼ਹਿਰ ਫਰਮਾਉਂਦੇ ਕਿ ਇਮਾਮ ਯਹਿਯਾ ਇਬਨ ਮਈਨ ਨੂੰ ਪੁੱਛਿਆ ਗਿਆ ਕਿ ਇਹ ਹੈ ਤਾਂ ਸਿੱਕਾ ਆਦਮੀ, ਕਤਲ 'ਚ ਇਹਨੇ ਹਿੱਸਾ ਜ਼ਰੂਰ ਲਿਆ ਮਗਰ ਆਦਮੀ ਸੱਚਾ ਇਹਦਾ ਝੂਠ ਤਾਂ ਨਹੀਂ ਕਦੀ ਪਾਇਆ ਗਿਆ, ਤਾਂ ਇਮਾਮ ਇਬਨ ਮਈਨ ਨੇ ਯਹਿਯਾ ਨੇ ਯਾ ਆਦਾ ਉਹ ਖੁਦਾ ਦਿਆ ਬੰਦਿਆ ਕਹਿ ਭਾਈ ਕੌਣ ਸਿੱਕਾ ਮਨ ਕਤਲ ਹੁਸੈਨ, ਹੁਸੈਨ ਰਜ਼ੀ ਨੂੰ ਕਤਲ ਕਰਨ ਵਾਲਾ ਵੀ ਸਿੱਕਾ ਆਦਮੀ ਰਹਿੰਦਾ, ਇਹ ਮੁਤਬਰ ਰਹਿ ਜਾਂਦਾ ਜਿਹਨੇ ਇਮਾਮ ਹੁਸੈਨ ਰਜ਼ੀ ਨੂੰ ਕਤਲ ਕੀਆ। ਇਹ ਸੁਣਦੇ ਰਹੋ ਕਿ ਮੁਹੱਦਸੀਨ ਦੀ ਨਜ਼ਰ 'ਚ ਇਮਾਮ ਹੁਸੈਨ ਰਜ਼ੀ ਦਾ ਖੂਨ ਇੰਨਾ ਸਮਝੋ ਜ਼ੁਲਮ ਆ, ਔਰ ਬਗੈਰ ਕਿਸੇ ਜਵਾਬ ਤੋਂ ਵੀ ਜਿਹੜਾ ਇਹਦੇ 'ਚ ਵੜਿਆ ਉਡਾ ਕੇ ਰੱਖਦਾ ਮੁਹੱਦਸੀਨ ਨੇ, ਇਹਨੂੰ ਸਿੱਕਾ ਹੁਣ ਕੀ ਆਉਂਦੇ ਜੀ ਤੁਸੀਂ, ਵਕਾਰ ਲਿਜੀ ਤਾਬੀਨ ਸਿੱਕਾ ਰਵਾ ਨਾਸ, ਅਤੇ ਮੁਹੱਦਸੀਨ ਲਈ ਆਉਂਦਾ ਕਿ ਤਾਬੀ ਹੈ ਸਹਾਬੀ ਨਹੀਂ ਹੈਗਾ ਸਿੱਕਾ, ਲੋਕਾਂ ਨੇ ਤਰਵਾਇਤ ਕੀਤੀ। ਇਹ ਹੁਣ ਮੌਲਾਨਾ ਮਲੀ ਅਬਾਦੀ ਰਹਿਮਤ ਉੱਲਾਹ ਅਲੈਹ ਫਰਮਾਉਂਦੇ ਅਕੂਲ ਕਦ ਕਫਾ ਸ਼ਾਰੀ ਮਿਨ ਕੌਲੀ ਸਿੱਕਾ, ਆਉਂਦੇ ਜਿਹੜਾ ਇਜਲੀ ਨੇ ਕਹਿਤਾ ਕਿ ਸਿੱਕਾ ਹੈ, ਅੱਲਾ ਗਵਾਹ ਖੁਦਾ ਦੀ ਕਸਮ ਮੇਰੇ ਰੌਂਗਟੇ ਖੜੇ ਹੋ ਗਏ, ਤੋਬਾ ਤੋਬਾ ਤੋਬਾ, ਐਡੀ ਬੇਹੁਦਾ ਗੱਲ ਕਰਤੀ, ਵਰਾ ਵੱਲਾ ਅਲਾ ਨਸੀਰ ਹੈ ਵਲਾ ਨਖਬਰ, ਰੱਬ ਦੀ ਕਸਮ ਅਸੀਂ ਇਸ ਇਜਲੀ ਦੀ ਗੱਲ ਵੱਲ ਕੰਨ ਵੀ ਨਹੀਂ ਲਾਉਣਾ ਅਤੇ ਨਾ ਇਹਨੂੰ ਕਬੂਲ ਕਰਨਾ, ਅਤੇ ਕਾਤਲੇ ਹੁਸੈਨ ਸਿੱਕਾ ਵਲਾ ਨਰਾ ਅੰਨਾ ਰਾਧਾ ਬਜ਼ਾਰ ਕਰਨ ਹਾਦਲ ਫਾਸਿਕਲਾ ਮਦਰ ਮਿਲ ਕਦੇ ਫਿਰ ਵਾਲਾ ਕਾਣਾ ਕੰਮ, ਉਹ ਆਉਂਦੇ ਸਿਰਫ ਇੱਕ ਤਾਵੀਲ ਹੈ ਜਿਸ ਤੋਂ ਅਸੀਂ ਇਜਲੀ ਨੂੰ ਮਾਫ਼ੀ ਦਿੰਦੇ ਹਾਂ, ਅਤੇ ਉਹਦਾ ਮਤਲਬ ਹੈ ਵੀ ਰਵਾਇਤ 'ਚ ਇਹਦਾ ਝੂਠ ਕਦੀ ਨਹੀਂ ਲੱਭਾ। ਇਸ ਤੋਂ ਸਿੱਕਾ ਆਖਿਆ ਹੋਰ ਇਹ ਨਹੀਂ ਵੀ ਕੋਈ ਚੰਗਾ ਬੰਦਾ ਸੀ, ਆਂਦਾ ਅਗਰ ਇਹ ਮਾਣਾ ਨਾ ਕਰੀਏ ਲਕਾਣਾ ਵਕਾਣਾ, ਫਿਰ ਹੁੰਦਾ ਜੋ ਸਾਡੇ ਕੋਲ ਹੁੰਦਾ, ਅਸੀਂ ਇਸ ਇਜਲੀ ਦੇ ਬਾਰੇ ਹਨੀ ਕਿੰਨੇ ਕੁ ਤਬਰੇ ਬੋਲਦੇ ਕਿ ਖੁਦਾ ਦਿਆ ਬੰਦਿਆ ਤੈਨੂੰ ਸ਼ਰਮ ਨਹੀਂ ਆਈ ਤੂੰ, ਮਗਰ ਉਹ ਆਉਂਦੇ ਸ਼ਾਇਦ ਉਹਨੇ ਮੁਰਾਦ ਲਈ ਹੋ ਕਿ ਰਵਾਇਤ 'ਚ ਨਹੀਂ ਝੂਠ ਨਿਕਲਿਆ, ਸੁਮਾ ਕਹਿਫਾ ਔਲੇ ਮੰਮੇ ਨੂੰ ਸਿੱਧ ਗੈਰ ਇਤਿਹਾਦ, ਫਿਰ ਆਉਂਦੇ ਇਹ ਵੀ ਜਿਹੜਾ ਵੀ ਇਹ ਸੱਚਾ ਹੈ, ਇਹ ਵੀ ਜਿਹੜਾ ਇਜਲੀ ਵਗੈਰਾ ਆਉਂਦੇ ਇਹ ਵੀ ਕਿੱਥੋਂ ਪਤਾ ਲੱਗਾ, ਇੱਕ ਖਿਆਲ ਹੀ ਹੈ ਨਾ ਕਿ ਲੋਕਾਂ ਨੇ ਅੰਦਾਜ਼ਾ ਲਾਇਆ ਵੀ ਚੁੱਬਾ ਵਾ ਮਜ਼ਲੂਮ, ਇਹ ਬਿਲਕੁਲ ਇੱਕ ਆਪਣਾ ਅੰਦਾਜ਼ਾ, ਵਾਰ ਅਦਾਲਿਕ ਮੈਨੂੰ ਹਾਜ਼ਲ ਫਿਸਕੁਲ ਅਜ਼ੀਮ, ਜ਼ਾਹਿਰ ਇਹ ਗਵੇੜਿਆ ਅਤੇ ਦੂਜੇ ਪਾਸੇ ਐਲਾਨੀਆਂ ਮੈਦਾਨ ਜੰਗ ਕੇ ਹੁਸੈਨ ਰਜ਼ੀ ਦੇ ਮੁਕਾਬਲੇ ਤੋਂ ਉਹਦੇ 'ਚੋਂ ਇਹ ਫਿਸਕੇ ਅਜ਼ੀਮ ਜ਼ਾਹਿਰ ਹੋਇਆ, ਖੁੱਲ੍ਹਾ ਫਿਸਕ ਨੰਗਾ, ਸੱਚ ਝੂਠ ਦੇ ਤੁਹਾਡੇ ਗਵੇੜ ਹਨ, ਤੁਸੀਂ 24 ਘੰਟੇ ਕਿਹੜੇ ਉਹਦੇ ਨਾਲ ਰਹਿੰਦੇ ਸੀ, ਇਹ ਜ਼ੁਲਮ ਅਜ਼ੀਮ ਫਿਸਕੇ ਅਜ਼ੀਮ ਬਿਲਾ ਡੰਕੇ ਦੀ ਚੋਟ ਮੈਦਾਨ ਕਰਬਲਾ 'ਚ ਫਾਸਕ ਤੋਂ ਇਜ਼ਹਾਰ ਹੋਇਆ, ਇਹ ਤਾਂ ਸਾਫ ਬਾਤ ਕਹਿਫਾ ਜਬ ਕਾ ਮਾ ਹਾਜ਼ਰ ਦਨ, ਅਤੇ ਇਸ ਤੋਂ ਬਾਅਦ ਕਿਹੜਿਆ ਹੁਣ ਜ਼ਨ ਰਹਿ ਗਿਆ, ਅੰਦਾਜ਼ੇ ਇੱਥੇ ਕੀ ਰਹਿ ਗਿਆ, ਜਦੋਂ ਉਸ ਸ਼ਖਸ ਨੇ ਆਪਣੀ ਬੁਰਾਈ ਜਿਹੜੀ ਐਲਾਨੀਆਂ ਜ਼ਾਹਰ ਕਰ ਦਿੱਤੀ ਇੰਨੀ ਦੁਨੀਆਂ ਦੇ ਸਾਹਮਣੇ, ਬਾਮਾ ਤਾਵੀਲ ਹੋਊ ਮੈਨੂੰ ਅਤਾਲ ਹਾਕਮ ਫੀ ਕਿਤਾਲ ਹੁਸੈਨ ਰਜ਼ੀ ਅਲੈਹ ਬਾਤ, ਬਾਕੀ ਆਉਂਦੇ ਜਿਹੜੇ ਕੋਈ ਕਹੇ ਕਿ ਉਹਨੇ ਹਾਕਮ ਵਕਤ ਦੀ ਗੱਲ ਮੰਨੀ, ਜੋ ਹਾਕਮ ਨੇ ਕਿਹਾ ਉਹਦੀ ਇਤਾਲ ਫਰਮਾਉਂਦੇ ਤਾਵੀਲ ਬਾਤਲ, ਦੀਨ ਉਹਨੂੰ ਨਹੀਂ ਕਬੂਲ ਕਰਦਾ, ਅਤੇ ਸਾਰੇ ਅਫਸਰ ਜੋ ਕੋਈ ਇਹੋ ਕਰਦੇ ਵੀ ਸਾਨੂੰ ਆਖਿਆ ਜੀ ਇਹਨੂੰ ਗੋਲੀ ਮਾਰ ਜਾਓ, ਇਹਦੇ ਨਾਲ ਇਹ ਛੁੱਟ ਨਹੀਂ ਸਕਦੇ, ਖੁਦਾ ਦੀ ਅਦਾਰ 'ਚ ਬੜੀ ਨਹੀਂ ਹੋ ਸਕਦੇ ਕਿ ਹਾਕਮ ਨੇ ਕਿਹਾ ਇਹ ਲਾ ਤਾ ਤਲ ਮਖਲੂਕ ਮਾਸੀਆ, ਕਿਉਂਕਿ ਗੁਨਾਹ ਦਾ ਹੁਕਮ ਕੋਈ ਵੀ ਦੇਵੇ ਉਹਦਾ ਮੰਨਣਾ ਦੀਨ 'ਚ ਜਾਇਜ਼ ਨਹੀਂ, ਜਦੋਂ ਅੱਲਾਹ ਦੀ ਨਾ ਫਰਮਾਉਂਦੀ ਉਹਨੇ ਹਾਕਮ ਨੂੰ ਕੀ ਕਰਨ, ਅਤੇ ਨਾਲ ਫਰਮਾਉਂਦੀ ਆਈਓ ਮਾਸੀ, ਗੁਨਾਹ ਵੀ ਕਿਹੋ ਜਿਹਾ ਇਹੋ ਜਿਹਾ ਗੁਨਾਹ ਕਿ ਮਾਮੇ ਹੁਸੈਨ ਫਰਜ਼ੰਦੇ ਰਸੂਲ ਨੂੰ ਕਤਲ ਕਰ ਰਿਹਾ, ਇੱਥੇ ਕਿਹੜਾ ਹਾਕਮ ਸੀ ਜਿਹਦਾ ਹੁਕਮ ਮੰਨਣਾ ਸੀ ਨਾ, ਵਕਾ ਜ਼ਾਕਰਾ ਫਿਰ ਮੀਜ਼ਾਨ ਨਾ ਸ਼ਾਮਿਲ ਬਿਨ ਦਿਲ ਜੋਸ਼ਨ ਕਾਨਾ ਯਕੂਲ ਬਾਦ ਸਲਾਤ, ਇਸੇ ਤਰ੍ਹਾਂ ਫਰਮਾਉਂਦੇ ਮੀਜ਼ਾਨ ਵਾਲੇ ਦਾਰ 'ਚ ਮਾਮੇ ਜ਼ਾਬੀ ਨੇ ਇੱਕ ਦੂਸਰਾ ਕਿਰਦਾਰ ਸ਼ਿਮਰ ਬਿਨ ਦਿਲ ਜੋਸ਼ਨ, ਉਹ ਵੀ ਵੇਖੋ ਬਾਪ ਉਹਦਾ ਸਾਹਬੀ ਦਿਲ ਜੋਸ਼ਨ ਦੇ ਬਾਬੀ ਉਹ ਵੀ ਸਾਹਬੀ ਹੈ, ਉਹਦਾ ਪੁੱਤਰ ਆ ਸ਼ਿਮਰ, ਅਤੇ ਇਮਾਮ ਲਿਖਦੇ ਜ਼ਾਹਬੀ ਮੀਜ਼ਾਨ 'ਚ ਕਿ ਨਮਾਜ਼ ਤੋਂ ਬਾਅਦ ਦੁਆ ਕਰਦਾ ਹੁੰਦਾ ਸ਼ਿਮਰ ਬਾਅਦ 'ਚ, ਅੱਲਾ ਮੈਂ ਇੰਨਾ ਕਤਾਰ ਮੰਨੀ ਸ਼ਰੀਫ ਆ ਦਾਵਤ, ਕਿ ਅੱਲਾ ਤੂੰ ਜਾਣਨਾ ਮੈਂ ਬੜਾ ਸ਼ਰੀਫ ਹਾਂ ਬੜਾ ਮੌਜੂਦ ਆਦਮੀ, ਮੇਰੀ ਦੁਆ ਕਬੂਲ ਕਰ, ਫਕਾਲ ਅਲੂ ਰਜੁਲ ਕੈਫ ਅਬ ਕਦ ਫਾਲਤਾ ਮਬਨ ਰਸੂਲ ਮਾ ਫਾਲਤਾ, ਇਹ ਜ਼ਾਹਬੀ ਤੋਂ ਵੱਡਾ ਜੰਮਣਾ ਇਬਨ ਹਜ਼ਰ ਤੋਂ ਵੱਡਾ ਜੰਮਣਾ,
ਲਿਆ ਮੈਦਾਨ ਚੋਂ ਮੁਹੱਦਸ ਜਿਹੜੇ ਤੁਹਾਡੇ ਖਿਆਲਾਂ ਦੇ ਹਾਮੀ ਸੀ, ਤੁਸੀਂ ਸ਼ੇਖੁਲ ਹਦੀਸ ਬਣੇ ਅਤੇ ਮਦਰਸੇ ਗੰਦੇ ਕਰਤੇ ਇਹਨਾਂ ਨੂੰ ਨਸਬੀ ਬਣ ਕੇ, ਜਾਂ ਇਹ ਦਰਿਆ 'ਚ ਬੁਰਜ ਕਰ ਦਿਓ ਰਾਬੀਆਂ ਦੀਆਂ ਕਿਤਾਬਾਂ 'ਚ, ਜਾਂ ਮੈਦਾਨ 'ਚ ਲਿਆਓ, ਕਿਹੜਾ ਰਾਬੀਆਂ ਨੂੰ ਪਰਖਣ ਵਾਲਾ ਜਿਹਨੇ ਤੁਹਾਡੀ ਗੱਲ ਦੀ ਤਾਈਦ ਕੀਤੀ? ਤੁਸੀਂ ਖੁਦਾ ਦਾ ਖੌਫ ਨਹੀਂ ਕਰਦੇ ਉਜਾੜ ਦੇਣਾ ਦੇ ਇਲਮ ਹਦੀਸ ਨੂੰ? ਉਸ ਨੂੰ ਵੀ ਆਦਮੀ ਨੇ ਕਿਹਾ, ਤੇਰੀ ਕਿਸ ਤਰ੍ਹਾਂ ਰੱਬ ਦੁਆ ਕਬੂਲ ਕਰੂਗਾ ਜਦੋਂ ਕਿ ਤੂੰ ਫਰਜ਼ੰਦੇ ਰਸੂਲ ਨਾਲ ਕੀਤਾ ਜੋ ਕੀਤਾ? ਇਮਾਮ ਹੁਸੈਨ ਰਜ਼ੀ ਉਹਦਾ ਜਵਾਬ ਕੀ ਸੀ? ਬਕਾਰਾ ਮਾਜਕੂਨ ਮਿਨਜ਼ਾਰ ਗੈਰ ਨਾ ਹੌਲਾ ਉਮਰਾ ਨਾ ਮਰੂ ਨਾ ਬਿਸ਼ੈਨ ਫਾਤਮਰ। ਉਹ ਸ਼ਿਮਰ ਕਹਿਣ ਲੱਗਾ, ਯਾਰ ਅਸੀਂ ਹੋਰ ਕੀ ਕਰਦੇ? ਉਸ ਵਕਤ ਦੇ ਹਾਕਮਾਂ ਨੇ ਸਾਨੂੰ ਹੁਕਮ ਦਿੱਤਾ, ਅਸੀਂ ਆਪਣੇ ਸਿਰ ਕਟਵਾ ਲੈਂਦੇ, ਜੋ ਉਹਨਾਂ ਕਿਹਾ ਸੀ ਅਸੀਂ ਹੁਕਮ ਮੰਨ ਲਿਆ। ਕਾਲ ਜ਼ਹਬੀ ਹਾਦਾ ਤਾਲਬੀ ਇਲਮ ਬਾਤ। ਅਤੇ ਇਮਾਮ ਜ਼ਹਬੀ ਫਰਮਾਉਂਦੇ ਕਿ ਸ਼ਿਮਰ ਦਾ ਬਹਾਨਾ ਬਿਲਕੁਲ ਗਲਤ ਬਹਾਨਾ, ਦੀਨ ਦੀ ਕੋਈ ਇਜਾਜ਼ਤ ਨਹੀਂ ਦਿੰਦਾ। ਹਾਕਮਾਂ ਨੇ ਕਿਹਾ ਹਾਦਾ ਤਾਲੀਮ ਬਾਤਲ ਫਬਿਲ ਜੁਮਲਾ ਦੇ ਫਲੈ ਸਾਹਬ ਤਾਲਮ ਕਤਲ ਹੁਸੈਨ ਅੱਲਾ ਹੁਸਾਕ। ਇਹ ਨਚੌੜ ਕੱਢਿਆ ਮੌਲਾ ਮਲੀ ਅਬਾਦੀ ਰਹਿਮਤੁਲਾ ਨੇ ਕਿ ਖੁਲਾਸਾ ਇਹ ਹੈ ਕਿ ਉਮਰ ਬਿਨ ਸਾਦ ਵੀ ਔਰ ਹੋਰ ਵੀ ਜਿਹੜੇ ਇਹਦੇ ਨਾਲ ਆ ਜਿਹੜੇ ਇਮਾਮ ਹੁਸੈਨ ਦੀ ਕਤਲ ਸ਼ਰੀਕ ਸੀ, ਇਹ ਘੱਟ ਤੋਂ ਘੱਟ ਇਹ ਆ ਬੇਫਾਸਿਕ ਲੋਕ, ਦੀਨ ਦੀ ਮਿੱਟੀ ਪਲੀਤ ਕੀਤੀ ਇਹਨਾਂ ਨੇ, ਬਦਕਾਰ ਲੋਕ ਆ, ਨਾਫਰਮਾਨ ਆ ਖੁਦਾ ਦੇ। ਵਰਦ ਦੋਮ ਬੇਹਾਨਤ ਸ਼ਿਫਾ ਉਲ ਸਦੂਰ ਅਲ ਮੁਸਲਮੀਨ ਵੈਜ਼ਤ ਉਲ ਇਸਲਾਮ। ਇਸ ਤੋਂ ਇਹੋ ਜਿਹਾ ਨੂੰ ਰੱਦ ਕਰਨਾ, ਇਹਨਾਂ ਨੂੰ ਪਲੀਤ ਕਹਿਣਾ, ਸ਼ੱਕੀ ਕਹਿਣਾ, ਇਹਦੇ 'ਚ ਮੁਸਲਮਾਨਾਂ ਦੇ ਸੀਨਿਆਂ ਨੂੰ ਠੰਡ ਪਾਉਣਾ ਔਰ ਇਸਲਾਮ ਦੀ ਇੱਜ਼ਤ ਆ ਕਿ ਫਾਸਕਾਂ ਔਰ ਬਦਕਾਰਾਂ ਦੀ ਤਾਰੀਫ ਨਾ ਕਰ। ਵੈਨ ਕਾਨ ਲਾਜਬਲ ਫਾਸਕ ਵੀ ਖੁੱਲ੍ਹੇ ਸ਼ਾਹ। ਅਗਰਚੇ ਜ਼ਰੂਰੀ ਨਹੀਂ ਹੁੰਦਾ ਵੀ ਬਦਕਾਰ ਆਦਮੀ ਹਰ ਗੱਲ ਝੂਠ ਹੀ ਬੋਲਦਾ ਰਹੇ, ਕਈ ਰਵਾਇਤਾਂ 'ਚੋਂ ਸੱਚਾ ਵੀ ਹੁੰਦਾ, ਮਗਰ ਇਹਨਾਂ ਦੀ ਕੋਈ ਗੱਲ ਵੀ ਮੰਨੀ ਹੈ ਤਾਂ ਫਿਰ ਇਹਨਾਂ ਦੀ ਇੱਜ਼ਤ ਅਫਸਾਈ ਹੈ। ਇਹ ਅਸੀਂ ਇਹਨਾਂ ਦੀ ਸ਼ਾਨ ਵਧਾਉਂਦੇ ਹਾਂ। ਇਸ ਤੋਂ ਇਹੋ ਹੀ ਹੈ ਬਿਹਤਰੀ ਹੈ ਵੀ ਭਾਵੇਂ ਇਹਨਾਂ ਦੀ ਕੋਈ ਰਵਾਇਤ ਚੰਗੀ ਹੈ ਜਾਂ ਮਾੜੀ, ਮੂੰਹ 'ਤੇ ਮਾਰੋ ਕਿ ਤੁਹਾਡੇ ਮਰਦੂਦਾਂ ਕੋਲ ਅਸੀਂ ਕੋਈ ਰਵਾਇਤ ਨਹੀਂ ਸੁਣਨਾ ਚਾਹੁੰਦੇ। ਤੁਸੀਂ ਇਸਲਾਮ ਨੂੰ ਦੁੱਖ ਦਿੱਤਾ, ਇਸਲਾਮ ਫਰਮਾਉਂਦੇ ਇਹਨਾਂ ਨੂੰ ਰੱਦ ਕਰਨਾ, ਇਹਨਾਂ ਦੀ ਹਾਲਤ ਔਰ ਤੋਹੀਨ ਕਰਨੀ, ਮੁਸਲਮਾਨਾਂ ਦੇ ਸੀਨਿਆਂ ਨੂੰ ਸ਼ਿਫਾ ਬਖਸ਼ਣਾ ਔਰ ਇਸਲਾਮ ਦੀ ਇੱਜ਼ਤ ਹੈ। ਪੱਲਾ ਤਾਰਾ ਆਲਮ ਇਹ 383 ਸਫੇ ਤੋਂ ਪੜ੍ਹ। ਅਗਰ ਕੋਈ ਹੋਰ ਵੀ ਹੋਵੇ ਸਮਝੋ ਛਾਪਾ, ਤਾਂ ਉਮਰ ਬਿਨ ਸਾਦ ਬਿਨ ਅਬੀ ਵਕਾਸ ਅਲ ਮਦਨੀ ਕੱਢ ਲੈਣਾ, ਤਾਂ ਕਿ ਪਤਾ ਲੱਗੇ ਕਿ ਕਿਉਂ ਇੱਕ ਨਵਾਂ ਮਿਸ਼ਨ ਸ਼ੁਰੂ ਹੋ ਗਿਆ। ਔਰ ਸ਼ੀਆ ਅਗਰ ਗਲਤ ਕੰਮ ਕਰਦੇ ਤਾਂ ਤੁਹਾਨੂੰ ਮਕਸਦ ਇਹ ਹੈ ਵੀ ਤੁਸੀਂ ਰਸੂਲਾਂ ਦੀ ਔਲਾਦ ਦੇ ਦੁਸ਼ਮਣ ਹੋ ਜਾਣਾ। ਇਹ ਸਹਾਬਾ ਸੈਨਿੰਗੇ ਨਾਲ ਦੋਹਰਾ ਦਰਜਾ ਵੀ ਸਹਾਬੀ ਵੀ ਰਸੂਲਾਂ ਦਾ ਖਾਨਦਾਨ ਆ, ਕਿਹੜੇ ਰਾਹ 'ਤੇ ਤੁਸੀਂ ਚਲਾਉਣਾ ਸ਼ੁਰੂ ਕੀਤਾ? ਔਰ ਜਦੋਂ ਮੈਦਾਨ 'ਚ ਆਖਿਆ ਜਾਂਦਾ ਵੀ 1400 ਸਾਲ ਦੇ ਨਾਂ ਲਓ, ਕਿਆ ਅਲਹਮਦੁਲਿਲਾਹ ਦੇ ਸ਼ੀਅਤ ਦੇ ਜਰਾਸੀਮ ਨੇ, ਇਹ ਖਾਲਸ ਅਹਿਲੇ ਹਦੀਸ ਔਰ ਸਲਫੀ, ਇੱਕ ਵੀ ਨਹੀਂ ਬੰਦਾ ਲਿਆਉਂਦੇ, ਬਖੈਰ ਬੜਾਈ ਹੋਈ ਹੈ। ਫੈਜ਼ ਆਲਮ ਦੇ ਰਸਾਲੇ ਚੁੱਕੀ ਜਾਂਦੇ, ਗਾਹ ਤੋਂ ਗਾਹ ਜ਼ਿਆਦਾ ਜੰਮ ਪੈਂਦਾ, ਕੋਈ ਜੰਮ ਪੈਂਦਾ, ਕਿਤਾਬਾਂ ਛਾਪੀ ਜਾਂਦੇ, ਔਰ ਕਿਸੇ ਨੂੰ ਤੌਫੀਕ ਨਹੀਂ ਵੀ ਹਵਾਲੇ ਕੱਢ ਕੇ ਮਹਿਮੂਦ ਅਹਿਮਦ ਅਬਾਸੀ ਦੇ ਵੇਖ ਤੇ ਲਓ, ਇਬਨ ਕਸੀਰ ਨੇ ਲਿਖਿਆ, ਇਬਨ ਤੈਮੀਆ ਲਿਖਿਆ, ਕਿਸੇ ਨੂੰ ਤੌਫੀਕ ਨਹੀਂ ਜਦੋਂ ਕੱਢੋ ਦੀ ਬਗਲ 'ਚੋਂ ਨਿਕਲ ਆਉਂਦੀ ਹੈ ਮਹਿਮੂਦ ਅਹਿਮਦ ਅਬਾਸੀ ਦੀ ਕਿਤਾਬ। ਸ਼ਰਮ ਨਾ ਡੁੱਬ ਕੇ ਮਰਨ ਵਾਲੇ, ਕਿਤਾਬਾਂ ਦੇ ਦਫ਼ਤਰ ਤੁਹਾਡੇ ਕੋਲ, ਇਮਾਮਾਂ ਦਾ ਸਾਰਾ ਲਿਖਿਆ ਪਿਆ ਤੁਹਾਡੇ ਕੋਲ, ਤੁਸੀਂ ਪੜ੍ਹ ਨਹੀਂ ਸਕਦੇ, ਪੜ੍ਹ ਨਹੀਂ ਸਕਦੇ ਕਿਹੜਾ ਸਹੀ ਕਿਹੜਾ। ਤਾਂ ਉਮਰ ਬਿਨ ਸਾਦ ਜਿਹੜਾ ਹੈ ਬਿਆਨ ਹੋ ਗਿਆ।